ਵੈਲਕਮ ਦੋਸਤੋ, ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਕਰੋ ਪ੍ਰੈਸ ਕਿ ਮੇਰੀ ਹਰ ਆਉਣ ਵਾਲੀ ਬਿਹਤਰੀਨ ਔਰ ਲੇਟੈਸਟ ਵੀਡੀਓ ਤੁਹਾਨੂੰ ਮਿਲੇ। ਔਰ ਤੁਸੀਂ ਵੇਖੋ ਸਭ ਤੋਂ ਪਹਿਲੇ ਦੋਸਤਾਂ ਦੀ ਖਿਦਮਤ 'ਚ ਹਮੇਸ਼ਾ ਖੂਬਸੂਰਤ ਪਿਓਰ ਨੀਲੀ ਦੇ ਔਰ ਅਨਮੋਲ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ਿੰਦ ਹੁੰਦੇ ਨੇ। ਔਰ ਤੁਹਾਡਾ ਵੀਰ ਹਮੇਸ਼ਾ ਤੁਹਾਡੇ ਵਾਸਤੇ ਆਲਾ ਕੁਆਲਿਟੀ ਦੇ ਖੂਬਸੂਰਤ ਔਰ ਬਿਹਤਰੀਨ ਜਾਨਵਰ ਲੈ ਕੇ ਆਉਂਦਾ। ਲੈਣੇ ਦੇਣੇ ਮੁਕੱਦਰ ਨੇ, ਅੱਛੇ ਔਰ ਬਿਹਤਰੀਨ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ਿੰਦ ਹੁੰਦੇ ਨੇ। ਤੁਹਾਡਾ ਵੀਰ ਅੱਛੀ ਕੋਸ਼ਿਸ਼ ਤੁਹਾਡੇ ਵਾਸਤੇ ਅਨਮੋਲ ਹੀਰੇ ਕੱਢ ਕੇ ਲੈ ਕੇ ਆਉਂਦਾ। ਅੱਜ ਵੀ ਤੁਹਾਡੇ ਵਾਸਤੇ ਇੱਕ ਜੋਟੀ ਪਹਿਲਣ ਮੂੰਹ ਦੋ ਦੰਦ ਲੈ ਕੇ ਹਾਜ਼ਰ ਹੋਇਆ ਤੁਹਾਡਾ ਵੀਰ ਨਦੀਮ। ਬੜੀ ਖੂਬਸੂਰਤ ਬੜੀ ਸ਼ੁਕੀਨ ਜੋਟੀ ਹੈ, ਮਾਲਕ ਨਾਲ ਗੱਲਾਂ ਕਰਾਂਗੇ ਸਾਰੀਆਂ, ਨੰਬਰ ਮਾਲਕ ਦਾ ਹੋਏਗਾ ਵਿੱਚ ਵੀਡੀਓ ਦੇ। ਔਰ ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਅੱਜ ਦੀ ਵੀਡੀਓ ਵੇਖ ਕੇ। ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਕੈਮਰਾਮੈਨ ਸਾਹਿਬ ਜੋਟੀ ਵਿਖਾਉਂਦੇ ਨੇ, ਫਿਰ ਉਸ ਤੋਂ ਬਾਅਦ ਮਾਲਕ ਨਾਲ ਕਰਾਂਗੇ ਗੱਲਾਂ ਸਾਰੀਆਂ। ਇਹ ਕੀ ਹਿਸਾਬ ਕਿਤਾਬ, ਹੁਣੇ ਸੂਈਏ। ਇਹ ਜੋਟੀ ਹੈ ਜੀ, ਜੋਟੀ ਦਾ ਕੱਦ ਬੁੱਤ ਨਸਲ ਔਰ ਜਨਾਬ ਥਣ ਬੜਾ ਖੂਬਸੂਰਤ, ਥੱਬਿਆਂ ਦੇ ਛੱਡੇ ਮਾਸ਼ਾਅੱਲਾ ਲਈ ਫਿਰਦੀ ਹੈ। ਇਹ ਪਹਿਲਣ ਜੋਟੀ ਮੇਰੀ ਕੈਮਰੇ ਦੀ ਨਜ਼ਰ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀਆਂ ਦਿਖਾ ਰਿਹਾ, ਪਹਿਲਾ ਸੂਆ ਸੂਈ ਹੈ। ਔਰ ਇਹ ਪਹਿਲਣ ਹੈਗੀ ਹੈ, ਇਹ ਕੱਦ ਬੁੱਤ ਖੁੱਡਾ ਨਸਲ ਜ਼ਾਤ, ਮੂੰਹ ਦੋ ਦੰਦੇ, ਅਜੇ ਮਾਸ਼ਾਅੱਲਾ ਪਿਓਰ ਨੀਲੀ ਦੀ ਚੋਟੀ, ਬੜੀ ਆਲਾ ਕੁਆਲਿਟੀ ਦੀ, ਬੜੀ ਖੂਬਸੂਰਤ, ਨਿੱਕਾ ਨਿੱਕਾ ਸਿਹਰੇ, ਬੜੀ ਖੂਬਸੂਰਤ ਜਾਨ ਔਰ ਪੂਰਾ ਖੁੱਡਾ, ਬੜਾ ਖੂਬਸੂਰਤ ਥਣ ਹੈ। ਔਰ ਆਲਾ ਕੁਆਲਿਟੀ ਦੀ ਜਨਾਬ ਇਹ ਜੋਟੀ ਅਜੇ ਹੁਣੇ ਸੂਈ ਹੈ। ਔਰ ਮੇਰਾ ਕੈਮਰਾਮੈਨ ਅਤੇ ਮੈਂ ਇੱਥੇ ਪਹੁੰਚ ਗਏ ਹਾਂ, ਸਾਨੂੰ ਕੋਈ ਕਾਲ ਔਰ ਅਸੀਂ ਆ ਗਏ ਇਹਦੇ ਉੱਪਰ। ਔਰ ਲੈਣੇ ਦੇਣੇ ਮੁਕੱਦਰ ਨੇ ਜਨਾਬ, ਕੈਮਰਾਮੈਨ ਤਸੱਲੀ ਦੇ ਨਾਲ ਇੱਕ ਇੱਕ ਚੀਜ਼ ਜਿਹੜੀ ਹੈ ਉਹ ਤੁਹਾਨੂੰ ਫਾਈਨਲੀ ਤੌਰ 'ਤੇ ਦਿਖਾ ਰਿਹਾ। ਮਾਸ਼ਾਅੱਲਾ ਬੜੀ ਆਲਾ ਕੁਆਲਿਟੀ ਦੀ ਜੋਟੀ ਹੈ, ਬੜਾ ਖੂਬਸੂਰਤ ਹੀਰਾ ਜਨਾਬ ਆਪਣਾ ਦੇਸ਼ ਪੰਜਾਬ ਟੀਵੀ 'ਤੇ। ਇਹ ਭਜਨ ਲਿਆ ਕਦ ਬੋ, ਤੁਸੀਂ ਆਹ ਵੇਖ ਲੈਣਾ, ਇਸ ਜੋਟੀ ਦਾ ਨਸਲ ਦਾ ਤੁਸੀਂ ਆਹ ਵੇਖ ਲੈਣੀ ਹੈ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਸਫੈਦ ਚਿੱਟੀ ਅੱਖ ਹੈ, ਨਿੱਕਾ ਨਿੱਕਾ ਸਿਹਰੇ ਮੱਥੇ ਤੋਂ ਬੋਲੀ ਹੈ, ਔਰ ਬੜੀ ਆਲਾ ਕੁਆਲਿਟੀ ਦੀ ਪਿਓਰ ਨੀਲੀ ਦੀ ਹੈ ਛੋਟੀ, ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੈ। ਔਰ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਇੱਕ ਇੱਕ ਚੀਜ਼ ਦਿਖਾ ਰਿਹਾ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਹਮੇਸ਼ਾ ਅੱਛੇ ਔਰ ਬਿਹਤਰੀਨ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੁੰਦੇ ਨੇ। ਇਹ ਜੋਟੀ ਜਨਾਬ ਥੱਲੋਂ ਜਿਹੜੀ ਹੈ ਜਿਹੜੀ ਮੁੱਛ ਹੈ ਉਹ ਬੱਗੀ ਹੈ, ਪਿਛਲੇ ਪੈਰ ਚਿੱਟੇ ਨੇ, ਥਣ ਬੜਾ ਖੂਬਸੂਰਤ ਹੈ ਪੂਰਾ ਮੁੱਠਾਂ 'ਤੇ, ਔਰ ਬੜਾ ਆਲਾ ਕੁਆਲਿਟੀ ਦਾ ਥਣ ਚੱਡਾ ਵੀ ਇਹ ਹਾਮਲ ਜੋਟੀ ਪਹਿਲਾ ਸੂਆ ਸੁਣਦੀ ਹੈ। ਔਰ ਜਨਾਬ ਤੁਹਾਡੇ ਵਾਸਤੇ ਹਮੇਸ਼ਾ ਆਲਾ ਔਰ ਬਿਹਤਰੀਨ ਜਾਨਵਰ ਜਿਹੜੇ ਨੇ ਆਪਣਾ ਦੇਸ਼ ਪੰਜਾਬ ਟੀਵੀ ਜ਼ਿੰਦ ਹੁੰਦੇ ਨੇ। ਇਹ ਹੁਣੇ ਸੂਈ ਹੈ ਜਨਾਬ, ਅਸੀਂ ਪਹੁੰਚ ਗਏ, ਜੇਰ ਅਜੇ ਕੋਈ ਨਹੀਂ ਪਾਈ, ਬੋਲਾ ਅਜੇ ਕੱਢਣ ਵਾਲਾ ਹੈ। ਔਰ ਬਾਕੀ ਨਸਲ ਜ਼ਾਤ, ਖਾਨਦਾਨ, ਅੱਖਾਂ, ਸਿੰਘ ਔਰ ਇੱਕ ਇੱਕ ਚੀਜ਼ ਇਸ ਜੋਟੀ ਦੀ ਤੁਹਾਡੇ ਸਾਹਮਣੇ। ਬਾਕੀ ਜਨਾਬ ਅਸੀਂ ਤੁਹਾਡੇ ਤੋਂ ਕੋਈ ਚੀਜ਼ ਲੁਕਾਈ ਨਹੀਂ, ਇਹ ਬਿਹਤਰੀਨ ਜੋਟੀ ਹੈ, ਪਹਿਲਾ ਸੂਆ ਸੂਈ ਹੈ, ਥਣਾਂ ਦੀਆਂ ਵੰਡਾਂ ਨੇ ਪੂਰੀਆਂ ਮਰਲੇ ਮਰਲੇ ਤਗਲੀਆਂ, ਤੁਸੀਂ ਵੇਖ ਸਕਦੇ ਜੇ, ਔਰ ਪੂਰਾ ਮੁੱਠ ਮੁੱਠ ਦਾ ਸੋਹਣਾ ਥਾਣ ਹੈ ਇਸ ਪਹਿਲਣ ਜੋਟੀ ਦੇ ਕੋਲ। ਪਿੱਛੇ ਆ ਕੱਟੀਏ, ਇਹ ਕੱਟੀਏ ਜੀ ਪਿੱਛੇ ਦੇ, ਇਹ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ, ਅਜੇ ਉੱਠ ਨਹੀਂ ਸਕਦੀ, ਵੀਰ ਤੋਂ ਜੇਰ ਨਹੀਂ ਪਾਈ ਇਸ ਜੋਟੀ ਨੇ, ਬੜੀ ਆਲਾ ਕੁਆਲਿਟੀ ਦੀ ਜੋਟੀ, ਕੈਮਰਾਮੈਨ ਸਦੀਆਂ ਤੁਹਾਨੂੰ ਕਰਵਾ ਰਿਹਾ। ਬਾਕੀ ਲੈਣੇ ਦੇਣੇ ਮੁਕੱਦਰ ਨੇ, ਇਹ ਜੋਟੀ ਆਪਣਾ ਦੇਸ਼ ਪੰਜਾਬ ਟੀਵੀ 'ਤੇ ਤੁਹਾਡੇ ਵਾਸਤੇ ਅਨਮੋਲ ਔਰ ਖੂਬਸੂਰਤ ਤਰੀਨ ਜਾਨਵਰ ਲੈ ਕੇ ਆਈਦੇ ਨੇ। ਔਰ ਇਨਸ਼ਾਅੱਲਾ ਤੁਹਾਨੂੰ ਪਸੰਦ ਵੀ ਆਉਣਗੇ। ਇਹਦੇ ਵੀ ਨਾਸ ਬੱਗੀ ਹੈ, ਕੁਛ ਬੱਗੀ ਹੈ ਜਨਾਬ, ਮੱਥੇ ਤੋਂ ਬੋਲੀ ਹੈ, ਸਫੈਦ ਚਿੱਟੀਆਂ ਅੱਖਾਂ ਨੇ ਇਸ ਕੱਟੀ ਦੀਆਂ। ਔਰ ਇਹ ਸਾਰਾ ਕੁਛ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਸਾਰਾ ਕੁਝ ਦਿਖਾ ਰਿਹਾ। ਬਾਕੀ ਜਨਾਬ ਤੁਹਾਡੇ ਸਾਹਮਣੇ ਹੈ ਇਹ ਜੋਟੀ, ਅਸੀਂ ਤੁਹਾਡੇ ਵਾਸਤੇ ਅੱਛੇ ਔਰ ਬਿਹਤਰੀਨ ਜਾਨਵਰ ਲੈ ਕੇ ਆਈਦੇ ਨੇ ਕਿ ਇਹ ਜਿਹੜੀ ਹੈ ਜੀ ਕੋਈ ਕਮੀ ਨਾ ਰਹਿ ਜਾਏ। ਆਲਾ ਔਰ ਖੂਬਸੂਰਤ ਤਰੀਨ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ ਦੀ ਜ਼ੀਨਤ ਹੁੰਦੇ ਨੇ। ਔਰ ਤੁਸੀਂ ਮਾਝ ਦਾ ਕੱਦ ਬੋ, ਤੁਸੀਂ ਆਹ ਵੀ ਵੇਖਦੇ ਪਏ ਹੋ, ਪਰ ਅਸੀਂ ਤੁਹਾਨੂੰ ਇੱਕ ਵਾਰੀ ਫਿਰ ਵਿਖਾਉਂਦੇ ਹਾਂ, ਉਸ ਤੋਂ ਬਾਅਦ ਮਾਲਕ ਨਾਲ ਗੱਲਾਂ ਕਰਾਂਗੇ। ਇਹ ਭਾਈ ਮੂੰਹ ਫਰਾਉਂਦੀ ਹੈ, ਮੂੰਹ ਵਿਖਾਓ ਜੀ। ਇਹ ਬੰਦੇ ਕਹਿੰਦੇ ਹੀ ਆ ਮੂੰਹ ਦੋ ਦੰਦ ਹੈ ਵੀ ਕਿ ਨਹੀਂ, ਐਡੀ ਗੱਲਾਂ ਸੁਣਾਈ ਜਾਂਦੇ ਨੇ। ਉੱਪਰ ਲਓ ਲਓ ਜੀ, ਦੋ ਦੰਦ ਹੈ, ਕਲੀਅਰ ਦੋ ਦੰਦ ਹੈ, ਦੋ ਦੰਦ ਜੋਟੀ ਹੈ, ਮਾਸ਼ਾਅੱਲਾ ਮੂੰਹ ਦੀ ਸਹੂ ਅਸੀਲ ਵੀ ਹੈ, ਔਰ ਬੜੀ ਆਲਾ ਕੁਆਲਿਟੀ ਦੀ ਹੈ ਜੋਟੀ, ਦੋ ਦੰਦ। ਕੈਮਰਾਮੈਨ ਤਸੱਲੀ ਨਾਲ ਤੁਹਾਨੂੰ ਸਾਰਾ ਕੁਝ ਦਿਖਾ ਰਿਹਾ। ਇਹ ਦੋ ਦੰਦ ਨੇ ਜਨਾਬ, ਤੁਸੀਂ ਇਹ ਵੇਖਦੇ ਪਏ ਜੇ, ਬਿਲਕੁਲ ਸਫਾ ਸਾਫ ਐਂਡ ਸ਼ਫਾਫ, ਇਹ ਜੇ ਪਿਓਰ ਨੀਲੀ ਦੇ ਜਾਨਵਰ ਆਪਣਾ ਦੇਸ਼ ਪੰਜਾਬ ਟੀਵੀ ਜ਼ਿੰਦ ਹੁੰਦੇ ਨੇ। ਬਾਕੀ ਜਿੰਨੇ ਮਰਜ਼ੀ ਗੱਲਾਂ ਕਰੀ ਜਾਣ, ਆਪਣਾ ਦੇਸ਼ ਪੰਜਾਬ ਟੀਵੀ ਤੁਹਾਡੇ ਵਾਸਤੇ ਹਮੇਸ਼ਾ ਕੱਢ ਕੱਢ ਕੇ ਜਾਨਵਰ ਲੈ ਕੇ ਆਉਂਦਾ। ਇਹ ਜੋਟੀ ਦੋ ਦੰਦੇ ਪਿੱਛੇ ਦੇ ਆ ਕੱਟੀਏ, ਤੁਸੀਂ ਵੇਖਦੇ ਪਏ ਜੇ। ਅਸੀਂ ਭਾਈ ਰਿਆਜ਼ ਗੁੱਜਰ ਨੂੰ ਪੁੱਛਦੇ ਹਾਂ ਕਿ ਭਾਈ ਰਿਆਜ਼ ਗੁੱਜਰ ਜਨਾਬ ਇਹਦੇ ਬਾਰੇ ਪੂਰੀ ਡਿਟੇਲ ਦੇਣਗੇ ਕਿ ਜਨਾਬ ਇਹ ਕੀ ਹਿਸਾਬ ਕਿਤਾਬ ਹੈ, ਦੁੱਧ ਕਿੰਨਾ ਕਰੇਗੀ, ਇਹ ਕੀ ਮਾਮਲਾ ਹੈ, ਨੀਲੀ ਹੈ ਨਹੀਂ ਹੈ, ਇਹ ਸਾਰਾ ਕੁਛ। ਆਓ ਭਾਈ ਰਿਆਜ਼। ਜੀਰੋ 301 2386 092 ਉਰਦੂ ਵੀ ਬੋਲਦੇ ਹੋ, ਮੇਰੇ ਗੱਟ ਵੀ ਪੜੇ ਹੁੰਦੇ ਨੇ। 0301
پورا مکمل ڈائی سال دی ہوئی ہے بڑی خوبصورت بڑی وڈی ہے ماشاء اللہ جی پوری مجھ کا دھد چکا دے رہے اچھا جی ہاں جی اچھا ہوں کن بولا کرے گی ہوں ان شاء اللہ 12-14 کلو بولا کڈے گی جی تے دودھ اللہ دے حکم نے 18-20 لیٹر دے گی 18-20 لیٹر نہ دے 15 کسے دے جائے گی 16 سر جی 18-20 لیٹر انشاءاللہ دے گی انشاءاللہ دے گی تھوڑا نمبر وچ ہی آ آپے ہی تہاڈے نال گلاں ہو جان گیاں محبت پیار والیاں اے مول کی کردے ہو محبت پیار والا سر سارا پیار تو کر کے 6.5 لاکھ روپیہ 6.5 لاکھ روپیہ جی جی کوئی گنجائش سر ہلکی پھلکی کر لے ہلکی پھلکی زیادہ کوئی نہیں ہونی 6.5 لاکھ ڈیمانڈ ہے جی جی کوئی محبت پیار سر تھوڑا بہت کر لیں گے تسی پہلے بالکل اور ریٹ کیا بھی ہونا چاہیے تھا ہونا چاہیے تھا لیکن جھوٹی والی بڑی خوبصورت ہے جڑا بندہ انو دیکھے گا یا شکین ہے وہ یہ نو جاندا ہر بندے دا بس دا روگ نہیں عام مجا نال سر دی ویل بھی زیادہ تے قد بھی ماشاءاللہ بہت قد اجے ہور بننا ہے جے منہ 2 دند 4 دند پھر 6 دند ہاں جی ہاں جی انے کوٹھ جڑی جھوٹی بن جانا ہے 6.5 لاکھ روپیہ ڈیمانڈ کیتی ہے بڑی خوبصورت پیور نیلی دی ہے جھوٹی 2 دند ہے منہ اور بھائی ریاض گجر نہ رابطہ کر سکتے ہو میرے نال بھی کر سکتے ہو اپنا بہت سارا خیال رکھا جی ملیں گے اچھے اور بہترین ویڈیو نال اللہ نگہبان